Vaheguru, 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 Sare Jagaji, Vaheguru, 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 Vaheguru,
सब किछ तू है, सब किछ तू है, सब किछ तू है, तू है मेरे प्यारे। सब किछ तू है, सब किछ तू है, सब किछ तू है मेरे प्यारे। सब किछ तू है, सब किछ तू है, सब किछ तू है मेरे प्यारे। सब कुछ तू है, सब कुछ तू है, मेरे प्यारे। सब कुछ तू है, सब कुछ तू है, सब कुछ तू है मेरे प्यारे। सब कुछ तू है, सब कुछ तू है, सब कुछ तू है मेरे प्यारे। तेरी कुदरत को बाल जाई जियो, तेरी कुदरत को बाल जाई जियो, तेरी कुदरत को बाल जाई जियो, तेरी कुदरत को बाल जाई जियो। सब कुछ तू है, सब कुछ तू है, सब कुछ तू है मेरे प्यारे। सब कुछ तू है, सब कुछ तू है, सब कुछ तू है मेरे प्यारे। कहे आर करना दिता लेना, कहे आर करना दिता लेना, कहे आर करना दिता लेना, कहे आर करना दिता लेना। गरीब सब कुछ तू है मेरे प्यारे। तेरी कुदरत को बल जाइयो, तेरी कुदरत को बल जाइयो। सब कुछ तू है, सब कुछ तू है,
सब कुछ तू है मेरे प्यारे, सब कुछ तू है, सब कुछ तू है, सब कुछ तू है मेरे प्यारे। सब कुछ तू है
राख संतन की देहु प्यारे 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 आए नानक मिलन सुहाई नानक मिलन सुहाई सब कुछ तू है सब कुछ तू है सब कुछ सब कुछ तू है मेरे प्यारे तेरी कुदरत को बल जाई जियो तेरी कुदरत को बल जाई जियो तेरी कुदरत को बल जाई जियो तेरी कुदरत बल जाई जियो सब कुछ तू है सब कुछ तू है सब कुछ तू है मेरे प्यारे सब कुछ तू है 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 मेरे प्यारे वाहिगुरु 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 वाहि
ਜੀ ਵਾਹਿਗੁਰੂ 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 ਸਭ ਕਿਛ ਤੂੰ ਹੈ ਸਭ ਕਿਛ ਤੂੰ ਹੈ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਸਭ ਕਿਛ ਤੂੰ ਹੈ ਸਭ ਕਿਛ ਤੂੰ ਹੈ ਸਭ ਕੁਛ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੂੰ ਹੈ ਸਾਰੇ ਜਪੋ ਜੀ ਸਭ ਕੁਛ ਤੂੰ ਹੈ ਸਭ ਕੁਛ ਤੂੰ ਹੈ ਮੇਰੇ ਪਿਆਰੇ ਸਭ ਕੁਛ ਤੂੰ ਸਭ ਕੁਛ ਤੂੰ ਹੈ ਮੇਰੇ ਪਿਆਰੇ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਦੀਨ ਦੁਨੀ ਦੇ ਸਾਧ ਗੁਰੂ ਸ਼ਬਦ ਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਚਰਨ ਸ਼ਰਨ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਤੇ ਮਸਤਕ ਧਰੀਏ ਗੁਰੂ ਪਾਤਸ਼ਾਹ ਜੀ ਦੀ ਹਾਜ਼ਰ ਨਾਜ਼ਰਤਾ ਦਾ ਅਹਿਸਾਸ ਨੇੜਤਾ ਦਾ ਅਹਿਸਾਸ ਆਪਣੇ ਮਨਾਂ ਵਿੱਚ ਬਣਾ ਕੇ ਸਾਰੀਆਂ ਸੰਗਤਾਂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਸਤਸੰਗਤ ਦੀਆਂ ਕੁਝ ਖੜੀਆਂ ਬਖਸ਼ਿਸ਼ ਕੀਤੀਆਂ ਹਨ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਨਾਲ ਜੁੜ ਕੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ ਹੈ ਆਓ ਬਾਕੀ ਰਹਿੰਦਾ ਸਮਾਂ ਵੀ ਸਫਲਾ ਕਰੀਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਮੰਗੀਏ ਵਿਚਾਰ ਦੀ ਰੰਭਤਾ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ ਆਓ ਸਾਰੇ ਇੱਕ ਵਾਰੀ ਮਿਲ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ। ਜੀਵਨ ਦੀ ਯਾਤਰਾ ਕਰਦਿਆਂ ਹੋਇਆਂ ਜੀਵਨ ਦੇ ਜੋ ਵਡਮੁੱਲੇ ਪਲ ਹਨ, ਵਡਮੁੱਲੀਆਂ ਘੜੀਆਂ ਹਨ, ਜੋ ਸਾਡੇ ਦੇਖਦਿਆਂ ਹੀ ਦੇਖਦਿਆਂ ਸਾਡੇ ਹੱਥਾਂ ਦੇ ਵਿੱਚੋਂ ਖਿਸਰਦੀਆਂ ਹਨ, ਬਤੀਤ ਹੋ ਜਾਂਦੀਆਂ ਹਨ, ਗੁਜ਼ਰ ਜਾਂਦੀਆਂ ਹਨ, ਜੀਵਨ ਲੰਘ ਜਾਂਦਾ ਹੈ, ਬਤੀਤ ਹੋ ਜਾਂਦਾ ਹੈ। ਪਰ ਬਹੁਤੀ ਵਾਰੀ ਜੀਵਨ ਦੀਆਂ ਮਹਾਨ ਅਮੋਲਕ ਦਾਤਾਂ ਤੋਂ ਅਣਜਾਣ ਰਹਿੰਦਿਆਂ ਹੋਇਆਂ ਆਪਾਂ ਉਹਨਾਂ ਦੇ ਨੇੜਿਓਂ ਲੰਘ ਜਾਂਦੇ ਹਾਂ, ਉਹਨਾਂ ਦੀ ਸਾਰ, ਉਹਨਾਂ ਦੀ ਕਦਰ ਨਹੀਂ ਕਰਦੇ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਕਿਰਪਾ ਕੀਤੀ ਹੈ। ਪਰ ਚੇਤੇ ਰੱਖਣਾ, ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਜਾ ਕੇ ਗੁਰੂ ਦੇ ਬਚਨਾਂ ਦੀ ਆਤਮਿਕ ਜਿਹੜੀ ਸੋਝੀ ਹੈ, ਗੁਰੂ ਦੇ ਬਚਨਾਂ ਦਾ ਜਿਹੜਾ ਅਨੁਭਵ ਪ੍ਰਕਾਸ਼ ਹੈ, ਉਹ ਉਹਨਾਂ ਨੂੰ ਹੀ ਮਿਲਦਾ ਹੈ, ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਹੜੇ ਇੱਥੇ ਅਣਜਾਣ ਬਣ ਕੇ ਆਉਂਦੇ ਹਨ, ਨਿਮਾਣੇ ਬਣ ਕੇ ਆਉਂਦੇ ਹਨ, ਔਰ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਹ ਬਿਰਤੀ ਰੱਖਦੇ ਹਨ। ਪਿਆਰੇ ਪ੍ਰੀਤਮ ਜੀ, ਅਸੀਂ ਦਿਨ ਅਤੇ ਰਾਤ ਭੁੱਲਾਂ ਕਰਦਿਆਂ ਹੋਇਆਂ ਜੀਵਨ ਦੇ ਇਹਨਾਂ ਅਮੋਲਕ ਫਲਾਂ ਨੂੰ ਅਜਾਈ ਗਵਾ ਰਹੇ ਹਾਂ। ਆਪਾਂ ਸਾਰੇ ਬਚਨ ਪੜ੍ਹਦੇ ਹਾਂ ਗੁਰੂ ਪਾਤਸ਼ਾਹ ਜੀ ਦੇ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਕ ਤੂੰ ਗੁਰੂ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਢਿਆ, ਹਰ ਪੈਜ ਰਖਾਏ। ਦਿਨ ਅਤੇ ਰਾਤ ਜੋ ਬੰਦਗੀ ਕਰਨ ਵਾਸਤੇ, ਵਾਹਿਗੁਰੂ ਦੀ ਯਾਦ ਵਿੱਚ ਜੁੜਨ ਵਾਸਤੇ ਸਾਨੂੰ ਮਿਲੇ ਸੀ, ਪਿਆਰੇ ਪ੍ਰੀਤਮ ਜੀ, ਅਸੀਂ ਭੁੱਲਾਂ ਦੇ ਵਿੱਚ ਪੈ ਕੇ ਤੇਰੀ ਯਾਦ ਤੋਂ ਵਿਸਰ ਕੇ ਗਵਾ ਲਏ। ਸਾਡੇ ਜੀਵਨ ਦੇ ਵਿੱਚ ਨਾਮ ਦੀ ਦਾਤ, ਸਿਮਰਨ ਦੀ ਦਾਤ, ਬੰਦਗੀ ਦੀ ਦਾਤ, ਗੁਰੂ ਦੇ ਬਚਨਾਂ ਦੀ ਦਾਤ, ਗੁਰੂ ਦੇ ਉਪਦੇਸ਼ ਦੀ ਦੋ ਦਾਤ ਸਤਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ, ਉਹਦੀ ਕਦਰ, ਉਹਦੀ ਸਾਰ ਸਾਡੇ ਹਿਰਦਿਆਂ ਵਿੱਚ ਵੱਸ ਜਾਏ। ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਦੀ ਕਿਰਪਾ ਕੀਤੀ ਹੈ। ਸਾਰੇ ਬੜੇ ਧਿਆਨ ਨਾਲ ਸਮਝਿਓ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਵਰ ਬੰਧੇ ਹੁੰਡੀ ਲਾਗਤ ਨਾ ਭਾਰ, ਕਛੂ ਆਗੈ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਹਿ ਵਿਵਧ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਭਾਈ ਸਾਹਿਬ ਜੀ ਨੇ ਸਭ ਤੋਂ ਪਹਿਲੀ ਉਦਾਹਰਣ ਦਿੱਤੀ, ਕਹਿੰਦੇ ਹੀਰਾ ਜਿਹੜਾ ਹੁੰਦਾ ਨਾ, ਬੜਾ ਛੋਟਾ ਜਿਹਾ, ਉਹਦਾ ਬਹੁਤਾ ਵਜ਼ਨ ਨਹੀਂ, ਬਹੁਤ ਵੱਡਾ ਆਕਾਰ ਵੀ ਨਹੀਂ, ਪਰ ਉਸ ਹੀਰੇ ਨੂੰ ਜਦੋਂ ਜੌਹਰੀ ਦੀ ਦੁਕਾਨ ਤੇ ਜਾ ਕੇ ਉਹਦਾ ਮੁੱਲ ਪਵਾਇਆ ਜਾਂਦਾ ਹੈ, ਉਸ ਛੋਟੇ ਜਿਹੇ ਹੀਰੇ ਦੀ ਇਤਨੀ ਕੁ ਕੀਮਤ ਪੈਂਦੀ ਹੈ ਕਿ ਮਾਇਆ ਦੇ ਨਾਲ ਭੰਡਾਰ ਭਰੇ ਜਾ ਸਕਦੇ ਹਨ। ਦੂਸਰੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ, ਪੁਰਾਤਨ ਸਮੇਂ ਵਿੱਚ ਹੁੰਡੀ ਅਤੇ ਅਜੋਕੇ ਸਮੇਂ ਵਿੱਚ ਕਿਸੇ ਬੈਂਕ ਦਾ ਚੈੱਕ ਜਾਂ ਡਰਾਫਟ ਕਹਿ ਲਈਏ, ਜਿਸ ਦਾ ਕੋਈ ਬਹੁਤਾ ਭਾਰ ਨਹੀਂ ਹੁੰਦਾ, ਇੱਕ ਮਾਮੂਲੀ ਜਿਹਾ ਕਾਗਜ਼ ਦਾ ਟੁਕੜਾ ਹੈ, ਪਰ ਜਦੋਂ ਉਸ ਨੂੰ ਲਿਜਾ ਕੇ ਕਿਸੇ ਬੈਂਕਰ ਨੂੰ ਦਿਖਾਇਆ ਜਾਂਦਾ ਹੈ, ਕੈਸ਼ ਕਰਾਇਆ ਜਾਂਦਾ ਹੈ, ਉਹਦੇ ਇਵਜ਼ਾਨੇ ਦੇ ਵਿੱਚ ਬਹੁਤ ਸਾਰੀ ਦੌਲਤ ਸਾਨੂੰ ਮਿਲ ਜਾਂਦੀ ਹੈ।
तीसरी उदाहरण भाई साहब जी ने दिती है, कहन लगे बोड़ दा जेड़ा बीज है बड़ा छोटा जिहा है, पर किसे नूं समय तो पहला इस गल की जानकारी नहीं कि इस छोटे जे बीज दे विच एक विशाल रुख लुकिया हुंदा है। जदों रुत आउंदी है ढंग तरीके दे नाल उस छोटे जे बीज नूं धरती दे विच बीजिया जाए, उस छोटे जे बीज दे विचों ही एक विशाल रुख पैदा होके संसार नूं ठंडी छां दिंदा है। सिटा की कढ़दे ने भाई गुरदास जी, कहन लगे बहुती वारी मनुखा जन्म नूं धारण करके गुरु दे प्यारियां दे कोल बैठ के गुरु दी संगत विच जा के भी सानू गुरु दे बचना दी गुरु दी सिख्या दी कदर नहीं पैंदी, पर जदों इन्हां घड़ियां दा मुल गुरु दे बचना दा गुरु दे उपदेश दा मुल परमात्मा दी हजूरी विच पैंदा है उदों जीव गदगद हो जाता है, निहाल हो जाता है। सारी संगत बोलो सतनाम श्री वाहिगुरु। बोलिया गुरु गुरमुख, आपां ये सोच लैंदे हां कि गुरुद्वारा साहब जाके आपां बैठ जाणा ध्यान देना, समझो बेनती नूं, आपां जदों इशनान करदे हां वस्त्र बदलदे हां दस्तार सजाउंदे हां साढ़े मन दे विच यही चलदा ना कि आपां अपनी इस वारी ते बैठ के गुरुद्वारा साहब पहुंचना है, उस तो बाद जाके गुरु नूं मत्था टेकना है नमस्कार करनी है ते फिर की करना है फिर बैठ जाना है। पर बैठना नहीं गुरमुखो, ये बैठना ही तुरन दा सूचक है। गुरु दी संगत विच आके होए एकत्र मिलो मेरे भाई दुबदा दूर करो लिव लाए, हर नामै कै हो जोड़ी गुरमुख बैस हो सफा बचा। भगत कबीर जी ने ते अपने ढंग दे नाल वचन कीते हैं, आओ सारे जपिए तीन हिस्सों दे विच बड़ी एकाग्रता गुरु पातशाह जी ने बनाई है। कोई रसना वांझी न रहे पहलों दास बोलेगा फिर सारी संगत, भैणा नूं भी बेनती है तीजे हिस्से विच कोशिश करियो यतन करियो कि जिस कार्ज नूं आपां करन वास्ते सारे जुड़े हाँ वो कार्ज गुरु की कृपा सदका पूरा हो जाए। भगत कबीर जी कहते ने कबीर सोता क्या करे बैठा रहो अर जाग, बैठना ही काफी नहीं इत्थे जागना है मन नूं जगाउणा है। किवें जगाउणा है मन नूं भगत कबीर जी दसदे ने, कहन लगे जा के संग ते विछुरा ताही के संग लाग, जिदे नालों तों विछड़ चुका है तेरा विजोग पै चुकिया है तेरा विछोड़ा पै चुकिया है, बस उदे नाल लग जा उदे नाल जुड़ जा उदे विच लीन हो जा, ए बैठना नहीं ए तेरा तुरना बन जाए तेरी अंदर दी यात्रा बन जाए। जिवें गुरु अर्जन देव सच्चे पातशाह जी बचन करदे ने सारे पढ़े प्यार दे नाल जी, चरण चलो मार्ग गोविंद, चरण चलो मार्ग गोविंद, सारी संगत पढ़ो जी। चरण चलो मार्ग गोविंद, चरण चलो मार्ग गोविंद, मार्ग गोविंद, चरण चलो मार्ग गोविंद।
मिट है पाप जपिए हर बिंद, मिट है पाप जपिए हर बिंद, चरण चलो मार्ग गोविंद, चरण चलो मार्ग गोविंद, चलो मार्ग गोविंद, चरण चलो मार्ग गोविंद, सुरत दे चरणां दी गल कीती है क्योंकि पूरे शब्द नूं जदों आपां ध्यान नाल पढ़ांगे, महाराज जी ने बात ही मन तो शुरू कीती, कहन लगे उस्तत मन महि कर निरहंकार, कर मन मेरे सत व्यवहार, निर्मल रसना अमृत पियो सदा सुहेला कर लह जियो, नैनहु पेक ठाकुर का रंग साध संग बिनसै सब संग, चरण चलो मार्ग गोबिंद। उचाल किस तरह दी है, उतरन दा ढंग केड़ा है, अगली पंक्ति भी स्पष्ट कर दिता सतगुरु सच्चे पातशाह जी, कहंदे मिट है पाप जपिए हर बिंद, नाम जपना ही तुरना है, समझो बेनती नूं, जे नाम नाल नहीं ना आपां जुड़े फिर ते आपां रस्ते विच ही बैठे हैं, रस्ते विच रस्ता कादे वास्ते हुंदा, बैठण वास्ते नहीं हुंदा ना गुरु, आपां बड़े माण दे नाल कहिंदे हां बहुत वारी कि साडा जिहड़ा पंथ है ना वह गुरसिखी का पंथ है, पर कदे गौ नाल विचार करिए पंथ ते नाम ही रस्ते का है, ते रस्ता कादे वास्ते हुंदा तुरन वास्ते, रस्ते दे उते चल के अपने घर तक पहुंचीदा है, मंजिल तक पहुंचीदा है। अज बहुते लोकां दे विच निराशता क्यों आ गई, वो गुरद्वारा साहब जाके उदास क्यों हो जाते ने, जां कुछ कुछ साल जाके फिर पछां क्यों हट जाते ने, क्योंकि वो गुरद्वारे जाके बैठे रहे पर उन्होंने अपनी सुरत का मार्ग शुरू नहीं किया। सारी संगत बोलो सतनाम श्री वाहिगुरु, अगाह नूं वधे नहीं, अगे नूं तुरे नहीं। महाराज साहब जी कहिंदे ने चरण चलो मार्ग गोबिंद, मिट है पाप जपिए हर बिंद, कर हर कर्म सरवन हर कथा, किथे पहुंच गया हर दरगह नानक उज्जल मथा। यात्रा कंप्लीट हो गई, मुकम्मल हो गई, परमात्मा दे घर दे विच मुख उजला लैके उहदे चरणां दे विच जाण पहुंचिया, हाजिर हो गया जा के। आ दिन जिहड़े चल रहे ने ना गुरमुखो, समुचे संसार दे विच धन गुरु गोबिंद सिंह सच्चे पातशाह जी दीआं बातां, उन्हां दे लालां दीआं बातां, उन्हां दी माता दीआं बातां हो रहीआं, चारे पासे गोबिंदमई माहौल बनिया होया। आओ धन गुरु गोबिंद सिंह सच्चे पातशाह जी दे जीवन दीआं आपां कुछ झलकां नूं मानना है। अमृत वेले दा समां गुजरिया, सतलुज दरिया दे कंढे दे उत्ते मुसाफरां नूं पार लंघाउण दी किरत करन वाले जिहड़े मलाह हन,
ਉਹ ਆਪੋ ਆਪਣੀਆਂ ਬੇੜੀਆਂ ਤਿਆਰ ਕਰਕੇ ਸਵਾਰ ਕੇ ਸਫਾਈ ਕਰਕੇ ਸ਼ਿੰਗਾਰ ਕੇ ਮੁਸਾਫਰਾਂ ਦੀ ਉਡੀਕ ਵਿੱਚ ਖਲੋਤੇ ਨੇ। ਸੂਰਜ ਦੀਆਂ ਕਿਰਨਾਂ ਸਤਲੁਜ ਦੇ ਨਿਰਮਲ ਨੀਰ ਦੇ ਉੱਤੇ ਪੈ ਰਹੀਆਂ ਨੇ। ਇਹਨਾਂ ਮਲਾਹਾਂ ਦਾ ਇੱਕ ਸਾਥੀ ਅੱਜ ਵਕਤ ਤੋਂ ਕੁਝ ਪਛੜ ਕੇ ਕੁਝ ਦੇਰੀ ਨਾਲ ਸਤਲੁਜ ਦਰਿਆ ਦੇ ਕੰਢੇ ਤੇ ਪਹੁੰਚਦਾ ਹੈ। ਇਹਦੇ ਚਿਹਰੇ ਨੂੰ ਦੇਖ ਕੇ, ਇਹਦੀਆਂ ਅੱਖਾਂ ਨੂੰ ਦੇਖ ਕੇ ਏਦਾਂ ਲੱਗ ਰਿਹਾ ਹੈ ਰਾਤ ਦਾ ਉਨੀਂਦਰਾ ਹੈ। ਰਾਤ ਸੌਂ ਕੇ ਨਹੀਂ ਆਇਆ, ਜਾਗ ਕੇ ਇਹਨੇ ਰਾਤ ਗੁਜ਼ਾਰੀ ਜਾਪਦੀ। ਜਦੋਂ ਆਪਣੇ ਨਾਲ ਦੇ ਸਾਥੀ ਮਲਾਹਾਂ ਦੇ ਕੋਲ ਪਹੁੰਚਦਾ ਹੈ, ਸਾਰਿਆਂ ਨੇ ਇੱਕ ਦੂਸਰੇ ਦਾ ਹਾਲ ਪੁੱਛਿਆ ਹੈ। ਧਿਆਨ ਦੇਣਾ ਗੁਰਮੁਖੋ, ਅਸਲ ਵਿੱਚ ਦੁਨੀਆ ਸਾਡਾ ਹਾਲ ਪੁੱਛਦੀ ਹੈ ਤੇ ਆਪਾਂ ਦੱਸ ਵੀ ਦਿੰਦੇ ਹਾਂ, ਪਰ ਬਹੁਤ ਘੱਟ ਉਹ ਸ਼ਖਸ ਹਨ ਜਿਨ੍ਹਾਂ ਨੂੰ ਖੁਦ ਨੂੰ ਪਤਾ ਹੈ ਕਿ ਸਾਡਾ ਹਾਲ ਕੀ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਖੁਦ ਨੂੰ ਪਤਾ ਹੈ ਕਿ ਸਾਡਾ ਹਾਲ ਕੀ ਹੈ, ਕਿਉਂਕਿ ਆਪਾਂ ਆਪਣੇ ਸਰੀਰ ਦਾ ਹਾਲ ਤੇ ਦੱਸ ਸਕਦੇ ਹਾਂ, ਮਨ ਦੇ ਹਾਲ ਨੂੰ ਤੇ ਕਦੇ ਜਾਣਿਆ ਹੀ ਨਹੀਂ ਕਿ ਮਨ ਦੀ ਅਵਸਥਾ ਕੀ ਹੈ। ਉਹ ਮਨ ਜਿਹੜਾ ਆਨੰਦ ਮਾਨਣ ਵਾਸਤੇ ਬਣਿਆ ਸੀ, ਖੇੜੇ ਵਿੱਚ ਰਹਿਣ ਵਾਸਤੇ ਬਣਿਆ ਸੀ, ਆਨੰਦ ਦੀ ਅਵਸਥਾ ਦੇ ਵਿੱਚ ਝੂਮਣ ਵਾਸਤੇ ਬਣਿਆ ਸੀ, ਉਹ ਮਨ ਰੋਗੀ ਹੋ ਗਿਆ। ਉਹ ਮਨ ਦਰਦਾਂ ਦੇ ਨਾਲ ਭਰ ਗਿਆ, ਉਹ ਮਨ ਰੋਂਦਾ ਹੈ, ਉਹ ਮਨ ਕਰਲਾਉਂਦਾ ਹੈ। ਉਸ ਮਨ ਦੀ ਵੇਦਨਾ ਨੂੰ, ਉਸ ਮਨ ਦੀ ਪੀੜ ਨੂੰ ਕੋਈ ਧਰਮੀ ਪੁਰਸ਼ ਜਾਣਦਾ ਹੈ। ਧਿਆਨ ਦੇਣਾ ਗੁਰੂ ਕੀ ਸੰਗਤ, ਜਦੋਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਨਾ, ਸਾਨੂੰ ਕਿਤੇ ਸਾਡੇ ਸਰੀਰਕ ਦੁੱਖ ਭੁੱਲ ਕੇ ਸਾਡੇ ਮਨ ਦੀ ਪੀੜਾ ਦਾ ਪਤਾ ਲੱਗ ਜਾਏ, ਮਨ ਦੀ ਵੇਦਨਾ ਦਾ ਪਤਾ ਲੱਗ ਜਾਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲ ਕੇ ਸਾਨੂੰ ਦੱਸਦੇ ਹਨ ਕਿ ਮੇਰੇ ਮਨ ਦੀ ਹਾਲਤ ਕੀ ਹੈ, ਮੇਰੇ ਮਨ ਦੀ ਅਵਸਥਾ ਕੀ ਹੈ। ਸਾਰੇ ਪੜ੍ਹੀਏ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਹਨ। ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਹਰ ਦਰਸ਼ਨ ਜੀ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ, 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 ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ।
ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਜਿਉ ਤ੍ਰਿਖਾ ਬੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੂ ਹਰ ਤੀਰ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਇਹ ਮੈਂ ਜਾਣਦਾ ਹਾਂ ਮੇਰੇ ਮਨ ਦੀ ਦਸ਼ਾ ਕੀ, ਜਾਂ ਮੇਰਾ ਹਰੀ ਮੇਰਾ ਪਰਮਾਤਮਾ ਮੇਰਾ ਮਾਲਕ ਜਾਣਦਾ ਹੈ। ਮੇਰੇ ਅੰਦਰ ਦੀ ਪੀੜਾ ਨੂੰ, ਮੇਰੇ ਅੰਦਰ ਦੀ ਦਰਦ ਨੂੰ ਉਹ ਸਮਝਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਇਸ ਪੀੜਾ ਦਾ ਅਹਿਸਾਸ ਹੋਵੇ, ਸਾਡਾ ਵੀ ਮਨ ਤੜਫੇ, ਮਨ ਲੋਚੇ ਗੁਰੂ ਦੇ ਮਿਲਾਪ ਵਾਸਤੇ। ਉਹ ਸੱਜਣ ਦੇ ਨਾਲ ਦੇ ਸਾਥੀਆਂ ਨੇ ਪੁੱਛਿਆ, ਤੇਰੀਆਂ ਅੱਖਾਂ ਦੇ ਵਿੱਚ ਨੀਂਦ ਰੜਕਦੀ ਹੈ, ਰਾਤ ਆਰਾਮ ਨਹੀਂ ਕੀਤਾ ਤੂੰ? ਭਾਵੇਂ ਆਪਣੇ ਮਨ ਦੀ ਅਵਸਥਾ ਦੱਸਣੀ ਨਹੀਂ ਸੀ ਚਾਹੁੰਦਾ, ਕਿਉਂਕਿ ਗੁਰਮੁਖੋ ਸਰੀਰ ਦੇ ਨਾਲ ਜੁੜੇ ਹੋਏ ਲੋਕ, ਚੰਮ ਦ੍ਰਿਸ਼ਟੀ ਦੇ ਮਾਲਕ ਜਿਹੜੇ ਲੋਕ ਹੁੰਦੇ ਨੇ, ਉਹ ਚੰਮ ਦੀ ਸਰੀਰ ਦੀ ਹਾਲਤ ਤੇ ਬੜੀ ਛੇਤੀ ਸਮਝ ਜਾਂਦੇ ਆ, ਪਰ ਮਨ ਦੀ ਹਾਲਤ ਕੋਈ ਵਿਰਲਾ ਸਮਝਦਾ ਹੈ। ਦਿਲ ਦੀ ਬਾਤ ਨੂੰ ਸਮਝੇ ਕਿਹੜਾ, ਕੌਣ ਵਿਖਾਣੇ ਦਿਲ ਦੀ? ਦਰਵੇਸ਼ਾਂ ਦੀ ਦ੍ਰਿਸ਼ਟੀ ਵਾਜੋਂ ਕੌਣ ਪਛਾਣੇ ਦਿਲ ਦੀ? ਇਹ ਕਿਸੇ ਦੀ ਡੂੰਘੀ ਨਜ਼ਰ ਹੋਵੇ, ਕਿਸੇ ਦਾ ਗੰਭੀਰ ਜੀਵਨ ਹੋਵੇ, ਉਹ ਅੰਦਰ ਦੀ ਪੀੜਾ ਨੂੰ ਸਮਝ ਸਕਦਾ ਹੈ। ਮਨ ਨਹੀਂ ਕਰਦਾ ਅੰਦਰ ਦੀ ਅਵਸਥਾ ਬਾਰੇ ਦੱਸਣ ਨੂੰ, ਪਰ ਸਾਰਿਆਂ ਦੇ ਨਾਲ ਮਿੱਤਰਤਾ ਦਾ ਰਿਸ਼ਤਾ ਸੀ, ਪਿਆਰ ਦਾ ਰਿਸ਼ਤਾ ਸੀ, ਹਮ ਕਿਰਤੀ ਸਨ ਸਾਰੇ। ਉਹ ਸੱਜਣ ਨੇ ਜਿਹਦਾ ਨਾਮ ਸੀ ਸੈਦਾ, ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ, ਆਪਣੇ ਸਾਥੀਆਂ ਨੂੰ ਬੋਲ ਕੇ ਕਹਿੰਦਾ ਹੈ, ਅੱਜ ਸਾਰੀ ਰਾਤ ਮੈਂ ਤਾਂ ਨਹੀਂ ਸੁੱਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਕੇ ਬੈਠਾ ਰਿਹਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਸਾਰੀ ਰਾਤ ਪਿਆਰੇ ਦੇ ਪ੍ਰੇਮ ਵਿੱਚ ਗੁਜ਼ਰੀ, ਕਦੇ ਗੁਰੂ ਕਿਰਪਾ ਕਰੇ ਸਾਨੂੰ ਵੀ ਇਸ ਤਰ੍ਹਾਂ ਦੀ ਰਾਤ ਨਸੀਬ ਹੋ ਜਾਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ ਤੇ ਇੱਥੋਂ ਤੱਕ ਬਚਨ ਕੀਤੇ ਨੇ, ਜਾਗਦਿਆਂ ਹੋਇਆਂ ਬੇਸ਼ੱਕ ਏਦਾਂ ਦੀ ਰਾਤ ਨਾ ਵੀ ਮਿਲੇ, ਮੇਰੇ ਪ੍ਰੀਤਮਾ ਕਦੇ ਨੀਂਦ ਹੀ ਏਦਾਂ ਦੀ ਆ ਜਾਵੇ, ਸੁਪਨਾ ਹੀ ਏਦਾਂ ਦਾ ਆ ਜਾਵੇ, ਉਹ ਭਾਗਾਂ ਵਾਲੀ ਰਾਤ ਹੀ ਆ ਜਾਵੇ, ਸੁਪਨੇ ਦੇ ਵਿੱਚ ਤੇਰੇ ਦਰਸ਼ਨ ਹੋ ਜਾਣ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਆਏ ਨੇ ਨਾ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਉਹ ਦੁਨੀਆਂ ਦੇ ਲੋਕੋ, ਤੁਸੀਂ ਸੌਂ ਕੇ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਰਾਤਾਂ ਗੁਜ਼ਾਰ ਦਿੱਤੀਆਂ, ਪਰ ਅੱਜ ਮੇਰੇ ਤੇ ਬਖਸ਼ਿਸ਼ ਹੋ ਗਈ, ਮੇਰੇ ਤੇ ਕਿਰਪਾ ਹੋ ਗਈ, ਮੈਨੂੰ ਏਦਾਂ ਦੀ ਰਾਤ ਨਸੀਬ ਹੋ ਗਈ, ਏਦਾਂ ਦੀ ਰਾਤ। ਸਾਰੀ ਸੰਗਤ ਪੜ੍ਹੀਏ ਜਰਾ ਪਿਆਰ ਦੇ ਨਾਲ। ਸੁਣ ਸਖੀਏ ਮੇਰੀ ਨੀਂਦ ਭਲੀ, ਸੁਣ ਸਖੀਏ ਮੇਰੀ ਨੀਂਦ ਭਲੀ, ਬੋਲੋ ਜੀ ਮੈਂ ਆਪਣਾ ਫਿਰ ਮਿਲਿਆ, ਮੈਂ ਆਪਣਾ ਫਿਰ ਮਿਲਿਆ, ਆਪਣਾ ਫਿਰ ਮਿਲਿਆ, ਮੈਂ ਆਪਣਾ।
सुन सकिए मेरी नींद भली सुन सकिए मेरी नींद भली सखिए मेरी नींद भली मैं आपनड़ा फिर मिलिया। भाई वीर सिंह जी ने इन्हां पंक्तियां दे विच्चों ही कुछ प्यार पैदा करदिया होया यह लिख दिता संसार दे सामने रख दिता। सुपने विच तुसी मिले सानू असी धा गलवक्कड़ी पाई निरा नूर तुसी हथ ना आए साडी कंबदी रही कलाई। अज सारी रात बाजा वाले प्रीतम दे प्यार नू माणिया उन्हां दी निड़ता नू माणिया। बस इतने बचन करके सैदा मला अपनी बेड़ी दे रस्से खोल के बेड़ी नू पानी विच ठेलदा है। और धन गुरु गोबिंद सिंह सच्चे पातशाह जी दे चरणा दे विच अजे भी मन विन्निया होया सुरत चुभी होई। ध्यान देना गुरु की संगत जिन्हां ने एक दो घड़ी एक दो पल भी गुरु की संगत नू माणिया होवे ना माणिया जानना होर चीज है मानना होर चीज। बहुती दुनिया ते गुरु घरां विच केवल जानकारी इकट्ठी करन वास्ते आउंदी है ते जानकारी दियां पंडा बन के अपने सिर ते लै जांदी है ते जाके फिर दुनिया नू दसदी है कि मैनू सब कुछ आउंदा है मैं सब कुछ जानदा। पर आपां भुल गए गुरमुखो जे जानण तो बाद आपां माणिया नहीं उहदी नेड़ता नू उहदे चरणां दी मौज नू ते जानण दा भी कुछ लाभ नहीं है। उह जानकारी ही जीवन दा बोझ बन जांदी है ਉਹ ਫੋਕਾ ਗਿਆਨ ਬਣ ਜਾਂਦੀ। ਅਜੇ ਚੁੱਭੀ ਹੋਈ ਸੁਰਤ ਪਿਆਰੇ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਪਿਆਰੇ ਪ੍ਰੀਤਮਾ ਕਦੇ ਭਾਗਾਂ ਵਾਲੀ ਉਹ ਘੜੀ ਆਏ ਉਹ ਵੇਲਾ ਆਏ ਤੂੰ ਸਤਲੁਜ ਦਰਿਆ ਦੇ ਕੰਢੇ ਤੇ ਆਵੇਂ ਤੇ ਮੇਰੀ ਬੇੜੀ ਵਿੱਚ ਆ ਕੇ ਚਰਨ ਪਾਵੇਂ। ਸੱਚਮੁੱਚ ਦਿਲੋਂ ਕੀਤੀ ਹੋਈ ਅਰਦਾਸ ਪ੍ਰਵਾਨ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੁਝ ਗੁਰਸਿੱਖਾਂ ਦੇ ਸਮੇਤ ਸਤਲੁਜ ਦਰਿਆ ਦੇ ਕੰਢੇ ਤੇ ਆਣ ਪਹੁੰਚੇ। ਸਾਰੇ ਮਲਾਹ ਬੜੇ ਸੁਚੇਤ ਹਨ ਮੁਸਾਫਰਾਂ ਦੀ ਉਡੀਕ ਵਿੱਚ ਹਨ। ਜਦੋਂ ਦੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਚੱਲ ਕੇ ਆਏ ਨੇ ਸਾਰੇ ਦੌੜ ਦੌੜ ਕੇ ਅਗਾਂਹ ਵੱਧ ਵੱਧ ਕੇ ਨਾਲੇ ਸਾਹਿਬ ਜੀ ਦੇ ਚਰਨਾਂ ਦੇ ਨਮਸਕਾਰਾਂ ਕਰਦੇ ਨੇ ਤੇ ਨਾਲੇ ਹੱਥ ਜੋੜ ਜੋੜ ਕੇ ਕਹਿੰਦੇ ਨੇ ਸਾਹਿਬ ਜੀ ਆਓ ਮੇਰੀ ਬੇੜੀ ਵਿੱਚ ਸਵਾਰ ਹੋ ਆਓ ਮੇਰੀ ਬੇੜੀ ਵਿੱਚ ਬੈਠੋ। ਤੀਸਰਾ ਕਹਿੰਦਾ ਹੈ ਆਓ ਮੇਰੇ ਪਾਸ ਸੱਚੇ ਪਾਤਸ਼ਾਹ ਜੀ ਮੇਰੀ ਬੇੜੀ ਤਿਆਰ ਹੈ ਇਹਦੇ ਵਿੱਚ ਚਰਨ ਪਾਓ। ਪਰ ਕੌਣ ਸਮਝਾਵੇ ਸੱਜਣੋ ਜਿਹੜੇ ਮੇਰੀ ਮੇਰੀ ਕਰਦੇ ਹਨ ਉਹਨਾਂ ਦੇ ਜੀਵਨ ਦੀਆਂ ਬੇੜੀਆਂ ਵਿੱਚ ਗੁਰੂ ਨਹੀਂ ਬੈਠਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਔਰ ਜਿਹੜੇ ਮੇਰੀ ਮੇਰੀ ਦੇ ਵਿੱਚੋਂ ਨਿਕਲ ਕੇ ਤੂੰ ਤੇ ਤੇਰਾ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਹਨ ਜਿਹੜੇ ਆਪਣੀ ਮੈਂ ਨੂੰ ਮਾਰ ਦਿੰਦੇ ਹਨ ਜਿਨ੍ਹਾਂ ਦੀ ਅਵਸਥਾ ਇਹ ਬਣ ਗਈ ਹੈ ਇਹ ਅਵਸਥਾ ਜਿਹਦੀ ਬਾਬਤ ਆਪਾਂ ਸਾਰੇ ਪੜ੍ਹਦੇ ਹਾਂ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਬੋਲਿਆ ਗੁਰੂ ਗ੍ਰੰਥ। ਇਹ ਘੜੀਆਂ ਮੁੜ ਮੁੜ ਕੇ ਨਹੀਂ ਆਉਣੀਆਂ। ਅੱਜ ਬਾਜਾਂ ਵਾਲੇ ਪ੍ਰੀਤਮ ਦੇ ਚਰਨ ਆਪਾਂ ਸੁਰਤ ਨਾਲ ਪਰਸਣੇ ਸੁਰਤ ਨਾਲ ਹੁਣੇ ਹੀ ਮੱਥਾ ਟੇਕਣਾ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ 'ਤੇ
ਆਓ ਸਾਰੇ ਮਸਤਕ ਟਿਕਾਈਏ ਔਰ ਸਾਹਿਬ ਜੀ ਦੇ ਚਰਨਾਂ ਦੀ ਖਾਕ ਨੂੰ ਮੱਥੇ ਲਾਉਂਦਿਆਂ ਹੋਇਆਂ ਸਾਰੇ ਗੱਜ ਕੇ ਬੋਲੋ ਜੀ, ਕਿਹੜੀ ਅਵਸਥਾ ਵਿੱਚ ਗੁਰੂ ਦਾ ਮਿਲਾਪ ਹੁੰਦਾ ਹੈ, ਕਿੰਨਾ ਹਿਰਦਿਆਂ ਵਿੱਚ ਗੁਰੂ ਆ ਕੇ ਵੱਸਦਾ ਹੈ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਜੋ ਕਿਛ ਹੈ ਸੋ ਤੇਰਾ, 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 ਪੜੋ ਜੀ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, 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 ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਿਨ੍ਹਾਂ ਦੇ ਹਿਰਦੇ ਤਿਆਰ ਹੋ, ਜਿਨ੍ਹਾਂ ਨੇ ਸੇਜ ਵਿਛਾ ਦਿੱਤੀ ਆਪਣੇ ਕੰਤ ਵਾਸਤੇ, ਰੱਖਵੀਂ ਜਗ੍ਹਾ ਬਣਾ ਲਈ ਆਪਣੇ ਜੀਵਨ ਵਿੱਚ, ਵਿਸ਼ੇਸ਼ ਦਰਜਾ ਦੇ ਦਿੱਤਾ ਆਪਣੇ ਦਿਲ ਵਿੱਚ ਆਪਣੇ ਪਿਆਰੇ ਦੇ ਚਰਨਾਂ ਨੂੰ, ਉਹਨਾਂ ਦੇ ਹਿਰਦਿਆਂ ਵਿੱਚ ਆਪ ਮਹਾਰੇ ਜਾ ਕੇ ਬੈਠ ਜਾਂਦਾ ਹੈ। ਜਿਨ੍ਹਾਂ ਦੀ ਨੀਯਤ ਰਾਸ ਹੋ ਗਈ ਉਹਨਾਂ ਨੂੰ ਆਪ ਜਾ ਕੇ ਲੱਭ ਕੇ ਮਿਲ ਪੈਂਦਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਾਰੇ ਨੇ ਸੱਚੇ ਪਾਤਸ਼ਾਹ ਸਾਡੀ ਬੇੜੀ ਤੇ ਸਵਾਰ ਹੋ ਜਾ, ਆਪਾਂ ਵੀ ਤੇ ਇਹੀ ਕਹਿੰਦੇ ਹਾਂ। ਆਪਾਂ ਕਹਿੰਦੇ ਹਾਂ ਸਾਡੇ ਜੀਵਨ ਦੀ ਬੇੜੀ ਤੇ ਸਵਾਰ ਹੋ ਜਾਓ, ਪਰ ਬੇੜੀ ਚਲਾਉਣੀ ਅਸਾਂ ਆਪਣੀ ਮਰਜ਼ੀ ਨਾਲ ਹੈ। ਗੁਰਮਤਿ ਦੀ ਸ਼ਰਤ ਇਹ ਹੈ, ਆਪਣੇ ਮਨ ਦੀ ਡੋਰੀ ਗੁਰੂ ਦੇ ਹੱਥਾਂ ਵਿੱਚ ਸੌਂਪਣੀ ਹੈ। ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰੀ ਮਿਲਣ ਵਾਸਤੇ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਮਨ ਕਰਕੇ ਮਿਲਣ ਗਏ ਸੀ, ਮਨ ਕਰਕੇ ਹਿਰਦੇ ਕਰਕੇ ਆਇਓ ਸਰਨ ਦੀਨ ਦੁੱਖ ਭੰਜਨ, ਚਿੱਤ ਵਾਉ ਤੁਮਰੀ ਓਰ, ਚਿੱਤ ਵਿੱਚੋਂ ਗਏ ਸੀ। ਬੜਿਆਂ ਨੇ ਰੋਕਿਆ ਸੀ, ਬੜਿਆਂ ਨੇ ਸਮਝਾਇਆ ਸੀ, ਪਰ ਸਾਰਿਆਂ ਨੂੰ ਅਣ ਸੁਣਿਆ ਕਰਕੇ ਪਹੁੰਚ ਗਏ ਸੀ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ ਘੋੜੇ ਤੋਂ ਥੱਲੇ ਨਹੀਂ ਉਤਾਰਿਆ। ਭਾਈ ਲਹਿਣਾ ਜੀ ਘੋੜੇ ਦੇ ਉੱਤੇ ਬੈਠੇ ਤੇ ਗੁਰੂ ਆਪ ਤੁਰਦਾ ਘੋੜੇ ਦੀਆਂ ਲਗਾਮਾਂ ਫੜ ਕੇ ਉਹਨੂੰ ਆਪਣੇ ਘਰ ਤੱਕ ਲੈ ਗਏ। ਆਪਾਂ ਤਿਆਰ ਤੇ ਹੋਈਏ, ਆਪਾਂ ਅੰਦਰੋਂ ਅਰਦਾਸ ਤੇ ਕਰੀਏ, ਸੱਚੇ ਪਾਤਸ਼ਾਹ ਇਹ ਜੀਵਨ ਤੇਰਾ ਦਿੱਤਾ ਹੋਇਆ ਹੈ, ਇਹ ਸਵਾਸ ਤੇਰੇ ਦਿੱਤੇ ਹੋਏ ਨੇ,
ਇਹ ਮੌਲਿਕ ਸਮਾਂ ਤੇਰਾ ਦਿੱਤਾ ਹੋਇਆ ਮੇਰੇ ਪ੍ਰੀਤਮਾ, ਅਸੀਂ ਗਵਾਚ ਗਏ ਹਾਂ ਸੰਸਾਰ ਦੀ ਭੀੜ ਦੇ ਵਿੱਚ, ਅਸੀਂ ਮਨ ਦੇ ਪਿੱਛੇ ਲੱਗ ਕੇ ਭਟਕ ਚੁੱਕੇ ਹਾਂ, ਫਸ ਗਏ ਹਾਂ ਫੰਦਿਆਂ ਦੇ ਵਿੱਚ। ਕਰ ਕਿਰਪਾ ਕਰ ਬਖਸ਼ਿਸ਼, ਸਾਡੇ ਜੀਵਨ ਦੀ ਡੋਰੀ ਨੂੰ ਆਪਣੇ ਹੱਥ ਵਿੱਚ ਫੜ ਲੈ। ਤਾਂ ਹੀ ਤੇ ਆਪਾਂ ਪੜ੍ਹਦੇ ਹਾਂ ਨਾ ਸਾਰੇ ਪਿਆਰ ਦੇ ਨਾਲ। ਆਓ ਇੱਕ ਵਾਰੀ ਬੋਲੀਏ, ਡੋਰੀ ਹੱਥ ਤੁਮਾਰੇ ਪ੍ਰਭ, ਡੋਰੀ ਹੱਥ ਤੁਮਾਰੇ, ਡੋਰੀ ਹੱਥ ਤੁਮਾਰੇ ਪ੍ਰਭ, ਡੋਰੀ ਹੱਥ ਤੁਮਾਰੇ, ਡੋਰੀ ਹੱਥ ਤੁਮਾਰੇ ਪ੍ਰਭ, ਡੋਰੀ ਹੱਥ ਤੁਮਾਰੇ, ਹੱਥ ਤੁਮਾਰੇ ਪ੍ਰਭ, ਡੋਰੀ ਹੱਥ ਤੁਮਾਰੇ। ਸਾਰੇ ਪੜੋ ਜੀ, ਪ੍ਰਭ ਡੋਰੀ ਹੱਥ ਤੁਮਾਰੇ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇੜੀ ਦੇ ਵਿੱਚ ਨੇਤਰ ਬੰਦ ਕਰਕੇ ਬੈਠਾ ਜੋ ਸ਼ਖਸ ਸੀ, ਕੰਢੇ ਤੇ ਖਲੋ ਕੇ ਉਹਨੂੰ ਆਵਾਜ਼ ਦੇ ਕੇ ਆਖਿਆ, ਸਹਿਦਿਆ ਮਨ ਕਰਕੇ ਆਵਾਜ਼ਾਂ ਦਿੰਦਾ, ਸਾਨੂੰ ਬੁਲਾਇਆ ਹੈ, ਲਿਆ ਬੇੜੀ ਨੇੜੇ ਕਰ, ਤੇਰੀ ਬੇੜੀ ਦੇ ਵਿੱਚ ਅਸਵਾਰ ਹੋਣ ਨੂੰ ਜੀ ਕਰਦਾ। ਭਾਈ ਸੈਦੇ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਇਆ, ਕਿਤੇ ਮੇਰੇ ਕੰਨ ਤੇ ਨਹੀਂ ਵੱਜ ਰਹੇ, ਮਨਾ ਕੋਈ ਭੁਲੇਖਾ ਤੇ ਨਹੀਂ, ਇੰਨੀ ਮਿੱਠੀ ਆਵਾਜ਼, ਅਗੰਮੀ ਆਵਾਜ਼, ਇਹ ਤੇ ਬਾਜਾਂ ਵਾਲੇ ਪ੍ਰੀਤਮ ਦੇ ਬੋਲ ਹਨ, ਤੈਨੂੰ ਗਰੀਬ ਨੂੰ ਆਵਾਜ਼ ਦੇ ਕੇ ਬੁਲਾ ਰਹੇ ਨੇ, ਤੇਰੇ ਭਾਗ ਕਿਵੇਂ ਜਾਗ। ਅੱਖਾਂ ਮਲੀਆਂ ਦੇਖਿਆ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਲੋਤੇ ਨੇ, ਬੇੜੀ ਨੇੜੇ ਲਿਆਂਦੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੇੜੀ ਵਿੱਚ ਸਵਾਰ ਹੋਏ। ਸੈਦੇ ਨੇ ਸਤਲੁਜ ਦੇ ਵਿੱਚ ਬੇੜੀ ਨੂੰ ਤੋਰਨਾ ਸ਼ੁਰੂ ਕੀਤਾ ਹੈ, ਚੱਪੂ ਚੱਲ ਰਹੇ ਨੇ, ਹੱਥ ਚੱਲ ਰਹੇ ਨੇ, ਪਰ ਅੱਖਾਂ ਜਿਹੜੀਆਂ ਨੇ ਨਾ, ਉਹ ਗੁਰੂ ਦੇ ਦੀਦਾਰ ਉੱਤੇ ਟਿਕ ਚੁੱਕੀਆਂ ਨੇ, ਅੱਖਾਂ ਚਮਕਣੀਆਂ ਭੁੱਲ ਚੁੱਕਾ ਹੈ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ। ਇਸ ਅਵਸਥਾ ਦਾ ਕੇਵਲ ਇਸ਼ਾਰਾ ਕੀਤਾ ਜਾ ਸਕਦਾ ਹੈ, ਗੁਰਮੁਖੋ ਇਸ ਅਵਸਥਾ ਦੀ ਵਿਆਖਿਆ ਕੋਈ ਨਹੀਂ ਹੋਈ। ਭਗਤਾਂ ਨੇ ਵੀ ਆਪਣੀ ਪੁੱਤਰ ਬਾਣੀ ਵਿੱਚ ਬਚਨ ਕਰ ਦਿੱਤੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹੁਣ ਬੇੜੀ ਦਾ ਕੰਮ ਸੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਕੇ ਜਾਣਾ, ਪਰ ਭਾਈ ਸੈਦਾ ਮਲਾ ਇੰਨਾ ਪਿਆਰ ਦੇ ਵਿੱਚ ਖੀਵਾ ਹੋ ਗਿਆ, ਮਨ ਦੇ ਵਿੱਚ ਇਹ ਲਾਲਚ ਹੈ ਜੇ ਕਿਤੇ ਬੇੜੀ ਕਿਨਾਰੇ ਤੇ ਛੇਤੀ ਪਹੁੰਚ ਗਈ, ਬਾਜਾਂ ਵਾਲੇ ਪ੍ਰੀਤਮ ਦਾ ਵਿਛੋੜਾ ਨਾ ਪੈ ਜਾਏ, ਗੁਰੂ ਸਾਹਿਬ ਉਤਰ ਕੇ ਨਾ ਤੁਰ ਜਾਣ, ਉਹ ਗੁਰੂ ਦੀ ਮੁਲਾਕਾਤ ਦੀਆਂ ਇਹ ਅਮੋਲਕ ਘੜੀਆਂ, ਗੁਰੂ ਦੀ ਨੇੜਤਾ ਦੇ ਇਹ ਅਮੋਲਕ ਪਲ ਮੁੜ ਮੁੜ ਕੇ ਨਹੀਂ ਮਿਲਣੇ ਸੱਜਣਾ, ਇਹਨਾਂ ਨੂੰ ਰੱਜ ਰੱਜ ਕੇ ਮਾਣ ਲਾ, ਰੱਜ ਰੱਜ ਕੇ ਗੁਰੂ ਦੇ ਦਰਸ਼ਨਾਂ ਦੇ ਅੰਮ੍ਰਿਤ ਨੂੰ ਪੀ ਲੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖ ਰਹੇ ਨੇ, ਭਾਈ ਸੈਦੇ ਦੇ ਮਨ ਦੀ ਅਵਸਥਾ ਨੂੰ ਜਾਣਦੇ ਨੇ, ਬਚਨ ਕੀਤਾ, ਸੈਦਿਆ ਕਿਉਂ ਘੁੰਮਣ ਘੇਰੀਆਂ ਦੇ ਵਿੱਚ ਪਾਇਆ ਬੇੜੀ ਨੂੰ, ਕਿਨਾਰੇ ਕਿਉਂ ਨਹੀਂ ਲੈ ਕੇ ਜਾਂਦਾ, ਲਾ ਕਿਨਾਰੇ ਬੇੜੀ, ਬੇੜੀ ਨੂੰ ਕਿਨਾਰੇ ਲੈ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੇਬ ਦੇ ਵਿੱਚੋਂ ਕੁਝ ਮਾਇਆ ਕੱਢੀ, ਧਨ ਕੱਢਿਆ,
ਭਾਈ ਸਹਿਦੇ ਦੀ ਹਥੇਲੀ ਦੇ ਉੱਤੇ ਰੱਖ ਕੇ ਕਹਿਣ ਲੱਗੇ, ਸਹਿਦਿਆ ਇਹ ਤੇਰੀ ਮਿਹਨਤ ਹੈ, ਇਹ ਤੇਰੀ ਕਮਾਈ ਹੈ, ਆ ਮਾਇਆ ਸਾਂਭ। ਅੱਖਾਂ ਦੇ ਵਿੱਚ ਜਲ ਭਰ ਆਇਆ, ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੇ ਤੋਂ ਮਾਇਆ ਨਹੀਂ ਲੈ ਸਕਦਾ, ਨਹੀਂ ਚਾਹੀਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਸਹਿਦਿਆ ਕਿਉਂ, ਇਹ ਤੇਰੀ ਕਿਰਤ ਹੈ, ਤੇਰਾ ਪਰਿਵਾਰ ਪਲਦਾ ਹੈ ਇਸ ਮਾਇਆ ਨਾਲ, ਸਾਰੇ ਮੁਸਾਫਰਾਂ ਤੋਂ ਮਾਇਆ ਲੈਂਦਾ ਹੈ, ਮੇਰੇ ਤੋਂ ਕਿਉਂ ਨਹੀਂ ਲੈਣੀ। ਹੱਥ ਜੋੜ ਕੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਤੇਰਾ ਤੇ ਮੇਰਾ ਕੰਮ ਜੋ ਇੱਕੋ ਹੈ, ਤੂੰ ਵੀ ਤੇ ਇਹੀ ਕੰਮ ਕਰਦਾ ਜਿਹੜਾ ਮੈਂ ਕਰਦਾ, ਅੱਜ ਮੈਂ ਤੈਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਇਸ ਕਿਨਾਰੇ ਲੈ ਕੇ ਆਇਆ ਹਾਂ, ਤੇਰੇ ਕੋਲ ਤੇ ਧਨ ਹੈ, ਤੇਰੇ ਕੋਲ ਤੇ ਮਾਇਆ ਹੈ, ਤੂੰ ਮੈਨੂੰ ਦੇ ਸਕਦਾ ਹੈ, ਪਰ ਮੇਰੇ ਪਿਆਰੇ ਪ੍ਰੀਤਮਾ ਇਸ ਭਵਜਲ ਦੇ ਵਿੱਚ ਗੋਤੇ ਖਾਂਦੀ ਹੋਈ ਜ਼ਿੰਦਗੀ ਦੀ ਬੇੜੀ ਮੇਰੇ ਕੋਲ ਸੱਚ ਦਾ, ਗੁਣਾਂ ਦਾ, ਨਾਮ ਦਾ, ਬੰਦਗੀ ਦਾ, ਸੇਵਾ ਦਾ, ਸਿਮਰਨ ਦਾ ਖਜ਼ਾਨਾ ਹੈ ਨਹੀਂ, ਜਿਸ ਖਜ਼ਾਨੇ ਦੇ ਨਾਲ ਇਹ ਬੇੜੀਆਂ ਪਾਰ ਲੱਗ ਜਾਂਦੀਆਂ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖ ਸਰਮਾ, ਤੇਰੇ ਕੋਲ ਤੇ ਧਨ ਹੈ, ਤੂੰ ਦੇ ਸਕਦਾ ਹੈ, ਪਰ ਮੇਰੇ ਮਾਲਕਾ ਜਦੋਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਗੱਲ ਆਏਗੀ, ਉੱਥੇ ਇਹ ਧਨ ਤੇ ਕੰਮ ਨਹੀਂ ਆਉਣਾ, ਉੱਥੇ ਗੁਣਾਂ ਦਾ ਖਜ਼ਾਨਾ ਚਾਹੀਦਾ ਹੈ, ਉੱਥੇ ਬੰਦਗੀ ਦਾ, ਸਿਮਰਨ ਦਾ ਖਜ਼ਾਨਾ ਚਾਹੀਦਾ ਹੈ, ਜੋ ਮੇਰੇ ਪੱਲੇ ਹੈ ਨਹੀਂ। ਅੱਜ ਮੈਂ ਤੈਨੂੰ ਇਹ ਛੋਟੀ ਜਿਹੀ ਨਦੀ ਤੋਂ, ਦਰਿਆ ਤੋਂ ਪਾਰ ਲੰਘਾਉਣ ਵਿੱਚ ਸੇਵਾ ਨਿਭਾਈ ਹੈ ਮੇਰੇ ਸਾਹਿਬਾਂ, ਜਦੋਂ ਕੱਲ੍ਹ ਨੂੰ ਮੈਂ ਤੇਰੀ ਘਾਟ 'ਤੇ ਆਵਾਂਗਾ, ਤੂੰ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰ ਦੇਵੀਂ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਵੀ ਪਾਰ ਹੋਣਾ ਚਾਹੁੰਦਾ, ਮੈਨੂੰ ਪਾਰ ਕਰ ਦੇਵੀਂ, ਮੈਂ ਤਰਨਾ ਚਾਹੁੰਦਾ ਹਾਂ, ਮੈਨੂੰ ਤਾਰ ਦੇਵੀਂ। ਆਓ, ਕੇਵਲ ਭਾਈ ਸਹਿਦੇ ਦੀ ਗੱਲ ਨਹੀਂ ਗੁਰਮੁਖੋ, ਆਪਾਂ ਵੀ ਸਤਿਗੁਰਾਂ ਦੇ ਚਰਨ ਫੜੀਏ ਅਤੇ ਸਾਰੇ ਮਿਲ ਕੇ ਅਰਦਾਸ ਕਰੀਏ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਦੇ ਵਿੱਚ। ਫਿਰ ਸਮਾਪਤੀ ਹੈ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਪੜ੍ਹੋ ਜੀ ਪਿਆਰ ਦੇ ਨਾਲ। ਤਾਰੋ ਤਾਰਨ ਹਾਰੇ, 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 ਤਾਰੋ
मात गर्भ में आपन सिमरन दे तह तुम राखन हारे पावक सागर अथाह लहर में तारहो तारन हारे। भाई सहदे ने ऐसी अरदास की बाजा वाले प्रीतम के चरणों में। धन गुरु गोबिंद सिंह सच्चे पातशाह जी का समुचा जीवन ही डुबद्या होया दियां बेड़ियां नू बन्ने लाउण वास्ते भवजल विचों बाहर कढ़न वास्ते महाराज जी ने लेखे विच लाया है। कदे हिंद की बेड़ी नू डुबदी हुई नू देखदे हन अपने पिता का सीस हिंदू धर्म की झोली विच पा देंदे हन दिल्ली वाल अपने हाथी तोर देंदे हन और जदों देखते हैं इंसानियत डुब रही है मजलूम दुखी हो रहे ने जरवाने लोग जुल्म ढा रहे ने मनुखता दे उते ते मेरे प्यारे प्रीतम जी अपना सारा सरबंस इस भावना दे नाल कुर्बान कर देंदे हन कि सारियां दियां बेड़ियां सारियां दे जीवन मन दे फंदियां दे विचों आजाद होके हौमे दियां फाइयां नूं कट के वो जिहड़ा सुतंत्र संसार है प्रेम दा संसार है आनंद ते विगास नाल भरी हुई दुनिया है उहदे विच अपनी रसाई कर सके। सो आओ धन गुरु गोबिंद सिंह सच्चे पातशाह जी दे जीवन दी तुछ बुद्धि दे मुताबक आपां झलक मानण दा यतन कीता है। समा अगे आग्या नहीं दे रहा। सारियां संगतां दा बहुत धन्नवाद है। बहुत वड्डी बख्शिश बहुत वड्डी कृपा होवे तां एकाग्रता दी दात मिलदी है। बड़ा टिकाऊ बड़ी एकाग्रता गुरु पातशाह जी ने बख्शिश कीती है। कल दे दिन दे दीवान दी एक हाजरी होर इस तरह सारियां संगतां ने साहब जी दे चरणां विच जुड़ के हाजरियां भर के लाह लैणा जी। होइयां अनेक प्रकार दियां भुल्लां चुकां गलतियां सरबत संगत ने खिमा करनियां कोई भी रसना वांझी ना रहे। आओ सारे प्रेम नाल आनंद साहब जी की पवित्र बाणी के कीर्तन विच हाजरी भरीए जी। राम कली महला तीजा आनंद एको अंकार सतगुरु प्रसाद आनंद भया मेरी माय सतगुरु मैं पाया माया सहज सेती मन मजिया बनाया नाग रतन परवार परियां शब्द गावण आईया कह नानक आनंद हुआ सतगुरु मैं पाया मन मेरा तू सदा रहो हर नाल रहो तू मन मेरे तू सब विसारना कारो करे तेरा कार्य सब सवारना सब ना गला समरथ स्वामी सो क्यों मनो विसारे सदा सिखत सलाह तेरी नाम मन वसावे कह नानक सच्चे साहिब क्या नहीं घर तेरे साचा नाम राया भार साच नाम आधार मेरा जिन भुखा सब गवाइया हर साथ सुख मन आए वसया जिन इच्छा सब पुजाइया नानक कह नानक सुनो संतो शब्द करो प्यारो साचा नाम मिलाया दारो वाजे पंच शब्द हर सुभाग शब्द वाजे कला चित कर धारिया पंच दूर बस कीते काल कंठ
मारिया गुरु कर्म पाया तू जिन कहो से नाम हर के लागे नानक तरस गुरुआ तू करे अनहद बाजे आनंद सुनो वट भागी हो सकल मनोरथ पूरे पार ब्रह्म तक पाया करे सकल सूरे दुख रोग संताप करे सुनी सच्ची बाणी साजन भय सबसे दूरे गुड़ते जानी सुनते पुनीत कहते पवित सतगुर रहया पर पूरे सतगुर जग लागे बाजे अनहद पूरे सो पावन गुरु पाणी पिता माता धर्म महत नाम से आया जय संकट काल वाहे गुरु जी का खालसा वाहे गुरु।